ਉਹ ਕੀ ਪੁੱਛ ਕੁਸੇ ਜੀ ਉਹ ਕੀ ਕਰੇਗਾ ਉਹਦੀਆਂ ਆਪਣੀਆਂ ਲੱਤਾਂ ਕੰਬਾਦੀਆਂ ਹੁੰਦੀਆਂ ਉਸ ਵੇਲੇ ਲੋਕੀਂ ਚ ਬਈਏ ਥਰ 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 ਕੰਬਾਦਾ ਹੁੰਦਾ ਆ ਦੇਖ ਰਿਆ ਨਾ ਉਹ ਅਸੀਂ ਆਖਦੇ ਮੰਨ ਲਓ ਜਿਹੜੇ ਅਫਸਰ ਆਉਂਦੇ ਉਹ ਅਸੀਂ ਆਦੇ ਪੰਡਤ ਜੀ ਇਹ ਇੱਕ ਤਿਹੜੀ ਕੜਾਓ ਸਾੜੀ ਜੀਆਂ ਕਿਆਂ ਹੋਏ ਕੜਾਓ ਟਾਈਮ ਕੜਾਓ ਟਾਈਮ ਕੜਾਓ ਤਿਹੜੀ ਕੜਾਓ ਤਿਹੜੀ ਕੜਾਓ ਤੇ ਉਹ ਪਹਿਲੇ ਜਦੋਂ ਇਹਨੇ ਸ਼ੁਰੂਆਤ ਕੀਤੀ ਤੇ ਨੇ ਆਖਿਆ ਕਿ ਸਵੇਰੇ 10 ਵਜੇ ਇੱਕ ਦਿਨ ਪੁੱਜੇ ਤੇ ਰਾਤ ਵੀ ਤੁਹਾਡੇ ਕੋਲ ਅਫਸਰ ਰਹੂ ਤੇ ਦੁਪਹਿਰ ਦਿਨ ਸ਼ਾਮੀ 6 ਵਜੇ ਤੁਹਾਡੇ ਕੋਲ ਜਾਗ ਓਨ ਪਹਿਲੇ ਕਿਹੜੇ ਚੀਆਂ ਰਹਿ ਆ ਕਿ ਇੱਕ ਦਿਨ ਰੇ ਦੁੱਗੇ ਚ ਰਹੋਣੇ ਵਾਲਾ ਸਿਲਸਿਲਾ ਖਤਮ ਹੋਈ ਆ ਤਰੀਏ ਚ ਵੀ ਖਤਮ ਹੋਈ ਆ 10 ਦੇ ਵੇ ਆਏ 12 ਵਜੇ ਅਫਸਰ ਆਉਂਦਾ ਇਹ ਦੋਵੇਂ ਨਿਕਲਿੰਦਾ ਤੇ ਹੁਣ ਪਹਿਵੇਂ ਗੇੜੇ ਚ ਨਹੀਂ ਲੱਗਦਾ ਉਹ ਇਸ ਦਾ ਛੜਾ ਆਵੇ ਤੇ ਸਾਈਨ ਕਰ ਆਖਿਆ ਸਰਪੰਚ ਸਾਹਿਬ ਤੂੰ ਸਾਂਭੀ ਲਾਏ ਉਹ ਮੈਂ ਨਿਕਲਣਾ ਬੈਕ ਟੂ ਵਿਲੇਜ ਦਾ ਪਹਿਮਾ ਗੇੜ ਜਿਹੜਾ ਹੈ ਉਹ ਸ਼ੁਰੂ ਹੋਆ ਕਰਦਾ ਹੈ ਚਾਰ ਗੇੜ ਪਹਿਲਾਂ ਹੋ ਹੀ ਚੁੱਕੇ ਦੇ ਨਾ ਔਰ ਪਹਿਲਾ ਗੇੜ ਜਿਹੜਾ ਹੈ ਜੂਨ 2019 ਚ ਸ਼ੁਰੂ ਹੋਆ ਮੇਰੇ ਕੰਨਾਂ ਆਲ ਜੰਮੂ ਕਸ਼ਮੀਰ ਪੰਚਾਇਤ ਕਾਨਫਰੰਸ ਦੇ ਸਦਰ ਅਨਿਲ ਸ਼ਰਮਾ ਔਰ ਬੈਠੇ ਦੇ ਨਾ ਪੰਚਾਇਤਿਕ ਨੇ ਜੋੜੇ ਦੇ ਨੇ ਖੁਦ ਸਰਪੰਚਨ ਗੱਲਬਾਤ ਕਰਨਿਆ ਕਿ ਬੈਕ ਟੂ ਵਿਲੇਜ ਦਾ ਇਨੇ ਕੀ ਫਾਇਦਾ ਹੋਇਆ ਤਾਂ ਸ਼ਰਮਾ ਸਾਹਿਬ ਪਹਿਮਾ ਗੇੜ ਸ਼ੁਰੂ ਹੋਆ ਕਰਦਾ ਮੁੱਖ ਸਚਿਵ ਹੋ ਰਹੇ ਦਿਸ਼ਾ ਨਿਰਦੇਸ਼ ਜਿਹੜੇ ਨ ਉਹ ਵੀ ਜਾਰੀ ਕਰੀ ਹੋੜੇ ਨੇ ਪਹਿਲੇ ਗੇੜ ਦਾ ਲੀਆ ਤੇ ਚੌਥੇ ਗੇੜ ਤੱਕ ਕਰਕੇ ਨਾ ਫਾਇਦਾ ਹੋਇਆ ਦੇਖਿਓ ਸਾਰਿਆਂ ਨੂੰ ਪਹਿਲੇ ਤੇ ਬੜੀ ਵੱਡੀ ਮੁਬਾਰਕ ਹੈ ਮੁੱਖ ਸਚਿਵ ਜੀ ਕੀ ਕਿ ਪੰਜਵੇਂ ਗੇੜੇ ਵਾਲਾ ਪਾਸਾ ਹੋ ਚਲੀ ਪੈੜ ਚਲੀ ਪੈੜ ਔਰ ਗਰਾਂਚ 7 ਤਰੀਕ ਕੋ ਲੈ ਇਹਦੇ 16 ਤਰੀਕ ਤੱਕ ਇਹ ਜਿਹੜਾ ਪਜਮਾ ਗੇਟ ਜਿਹੜਾ ਉਹ ਚੱਲਣਾ ਔਰ ਇਹਦੇ ਚ ਸਾਢੇ 4 ਜਮੂ ਕਸ਼ਮੀਰ ਪੰਚਾਇਤ ਕਾਨਫਰੰਸ ਦੀ ਤਰਫਾ ਦਾ ਤ੍ਰੈ ਮੁੱਖ ਡਿਮਾਂਡਾਂ گاؤں ਗਰਾਂਚ ਰਹਣੇ ਵਾਲੇ ਜਿਹੜੇ ਲੋਕ ਹੁੰਦੇ ਅੱਗੇ ਵੀ ਮੇਰੀ ਗੁਜਾਰਿਸ਼ ਹੈ ਇਹ ਸਵਾਲ ਤ੍ਰੈ ਸਵਾਲ ਤੁਸੀਂ ਜਿਹੜੇ ਅਫਸਰ ਆਉਣ ਨੇ ਉਹਦੇ ਕੋਲ ਪੁੱਛਣੇ ਗਾਂ ਗਰਾਹ ਦੇ ਲੋਕਾਂ ਕੀ ਵੀ ਇਹ ਗੁਜਾਰਿਸ਼ ਹੈ ਤੁਸੀਂ ਪੁੱਛੋ ਔਰ ਉਹਦੇ ਕਿੰਨੇ ਕਿੰਨੇ ਜਿਹੜੇ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਪੰਜ ਸਰਪੰਚ ਸਰਪੰਚਾਂ ਉੰਦੇ ਅੱਗੇ ਵੀ ਗੁਜਾਰਿਸ਼ ਹੈ ਕਿ ਉਹ ਵੀ ਜਿਹੜੇ ਅਫਸਰ ਆਏ ਹੋਣੇ ਉਹਨੇ ਕੀ ਪੁੱਛੋ ਸਰਕਾਰ ਕੋਲ ਪੁੱਛੋ ਇਸ ਤਰ੍ਹਾਂ ਸਵਾਲ ਸਵਾਲ ਨੰਬਰ ਪਹਿਲਾ ਕਿ ਤੁਸੀਂ ਚਾਰ ਜਿਹੜੇ ਪਹਿਲੇ ਲੋ ਆਏ ਬੈਕ ਟੂ ਬਿਲੀ ਫਰਸਟ ਸੈਕੰਡ ਥਰਡ ਫੋਰਥ ਇਹਦੇ ਤੁਸੀਂ ਕੀਆ ਖੋਇਆ ਕੀਆ ਪਾਇਆ ਔਰ ਕਿੰਨੀ ਤੁਸੀਂ ਇਹਦੇ ਚ ਡਿਵੈਲਪਮੈਂਟ ਕਰਵਾਈ ਦੂਗਾ ਸਵਾਲ ਕਿ ਕਿੰਨੇ ਤੁਸੀਂ ਕੀ ਫੰਡਸ ਇਹਦੇ ਵਾਸਤੇ ਮਿਲੇ ਕੀ ਆ ਤੁਸੀਂ ਫੰਡਸ ਮਿਲੇ ਕਿੰਨੇ ਫੰਡਸ ਤੁਸਾਂ ਦਿੱਤੇ ਬੈਕ ਟੂ ਵਿਲੇਜ ਦੇ ਆਲੇ ਫੰਡਸ ਦੀ ਮੈਂ ਗੱਲ ਕਰ ਰਹਾਂ ਨਾ ਕਿ ਜਿਹੜੇ ਕਪੈਕਸ ਦੇ ਜਾਂ ਹੋਰ ਕੋਈ ਫੰਡਸ ਦੇ ਤ੍ਰਿਆ ਸਵਾਲ ਲੋਕਾਂ ਇਹ ਪੁੱਛਣਾ ਚਾਹੀਦਾ ਕਿ ਜੰਮੂ ਕਸ਼ਮੀਰ ਦੇ ਅੰਦਰ ਸੀਨੀਅਰ ਆਈਐਸ ਸੀਨੀਅਰ ਕੇਐਸ ਅਫੀਸਰ ਦੋ ਤੋਂ ਤਿੰਨ ਪਰਸੈਂਟ ਪੰਚਾਇਤਾਂ ਵਿੱਚ ਜਾਇ ਪੈਂਦੇ ਨੇ ਕਿਉਂਕਿ ਸਾਡੇ ਕੋਲ ਅਸਰ ਘੱਟ ਨੇ ਬਾਕੀ ਪੰਚਾਇਤਾਂ ਦੇ ਅੰਦਰ ਕੋਈ ਏਡਬਲਿ ਕੋਈ ਜੇ ਕੋਈ ਲੈਕਚਰਾਰ ਕੋਈ ਪ੍ਰਿੰਸੀਪਲ ਇਸ ਲੈਵਲ ਦੇ ਅਫਸਰ ਜਿਹੜੇ ਨੋ ਜੰਦਨ ਕਿਆ ਲੈਕਚਰਾਰ ਏ ਡਬਲ ਏ ਜੇ ਪ੍ਰਿੰਸੀਪਲ ਉਹ ਕਿਆ ਸਕਸ਼ਮਨ ਕਿਆ ਉਹ ਪੂਰੇ ਡਿਪਾਰਟਮੈਂਟ ਦਾ ਵਿਓਰਾ ਲੈ ਸਕਦੇ ਇੱਕ ਲੈਕਚਰਾਰ ਉਹ ਪੀ ਐਚ ਦੇ ਕਮਿਸ਼ਨਰ ਸੈਕਟਰੀ ਕੀ ਫੋਨ ਕਰੀਏ ਪੁੱਛੀ ਸਕਦਾ ਕਿ ਤੁਸੀਂ ਇਸ ਪੰਚਾਇਤ ਚ ਕੀ ਕੀਤਾ ਐਂਡ ਪੈਂਪ ਠੀਕ ਕਰਾਈ ਸਕਦਾ ਮਤਲਬ ਕੁਝ ਮਤਲਬ ਕੁਝ ਵੀ ਕੋਈ ਚੀਜ਼ ਕਿਆ ਇਨਾ ਗੁਰਦਾ ਲੈਕਚਰਾਰ ਕੋਲ ਕੇ ਉਹ ਪੁੱਛੀ ਸਕਦਾ ਕੋਈ AWE ਕੋਲ ਇਨਾ ਗੁਰਦਾ ਹੈ ਕਿ ਉਹ ਪੁੱਛੇ ਕਿਸੇ ਕਮਿਸ਼ਨ ਸੈਕਟਰੀ ਕੇ ਜਨਾਬ ਆਪਕਾ ਡਿਪਾਰਟਮੈਂਟ ਕੇ ਲੋਕ ਜੋ ਹੈ ਜਹਾਂ ਪੇ ਆਤੇ ਨਹੀਂ ਹੈ ਪੰਚਾਇਤ ਮੇ ਮੀਟਿੰਗ ਹੈ ਸਰਕਾਰੀ ਟੂਟੀ ਲਵਾਈ ਸਕਦੇ ਠੀਕੇ ਇਹ ਪਹਿਲਾ ਨੰਬਰ ਤੇ ਗ్రాੰਦੇ ਲੋਕ ਇਹ ਸਵਾਲ ਪੁੱਛਣ ਸਰਕਾਰ ਕੋਲ ਆ ਸਰਕਾਰ ਦੇ ਨਮਾਇੰਦੇ ਕੋਲ ਆ ਔਰ ਜਿਹੜੇ ਉੱਥੇ ਆਉਣੇ ਨਫਸਰ ਇਹ ਤਰ੍ਹਾਂ ਇਹ ਸਵਾਲ ਪੁੱਛਣਾ ਬੜੇ ਜ਼ਰੂਰੀ ਇਹ ਅੱਜ ਮੂ ਕਸ਼ਮੀਰ ਪੰਚਾਇਤ ਕਾਨਫਰੰਸ ਨੇ ਬੇਵਾਕੀ ਕਰਨੇ ਆਸਾਂ ਬਤੋਰੇ ਪ੍ਰੈਜ਼ੀਡੈਂਟ ਆਸਾਖਾ ਨੇ ਲੋਕਾਂ ਕੀ ਔਰ ਪੰਚੇ ਸਪੰਚੇ ਇਹ ਸਵਾਲ ਤੁਸੀਂ ਇਸ ਵਾਰੀ ਕਰਨੇ ਔਰ ਬੈਕ ਟੂ ਵਿਲੇਜ اٹੈਂਡ ਵੀ ਜ਼ਰੂਰ ਕਰਨਾ ਦੇਖੋ ਕੀ ਹੁੰਦਾ ਜਿਸ ਵੇਲੇ ਆਪ ਲੋਕ ਆਕਰਨੇ ਆ ਕੋਈ ਚੀਜ਼ ਟ੍ਰੈਂਡ ਨਹੀਂ ਕਰਨੀ ਬਾਈਕਾਡ ਕਰਨਾ ਉਹਦੇ ਨੇ ਸਰਕਾਰ ਕੀ ਇੱਕ ਬਾਨਾ ਮਿਲਦਾ ਇਹ ਲੋਕਾਂ ਇਸਾਂ ਲੈਤਾ ਜੀ ਲੋਕਾਂ ਇਸਾਂ ਨਹੀਂ ਲੈਤਾ ਜੀ ਇਹ ਜੀ ਉਸ ਆਰਗੇਨਾਈਜੇਸ਼ਨ ਨੇ ਉਹਨਾਂ ਲੋਕਾਂ ਆਖਿਆ ਕਿ ਅਸੀਂ ਇਹਦੇ 'ਚ ਇਸਾ ਨਹੀਂ ਲੈਣਾ ਠੀਕ ਹੈ ਇਸ ਵਾਸਤੇ ਅਸੀਂ ਇਸ ਵਾਰੀ ਆਖਿਆ ਇਸਾ ਜ਼ਰੂਰ ਲਾਓ ਜੀ ਪਹਿਲੇ ਚੌਂਚ ਲਿਆ ਇਹਦੇ 'ਚ ਵੀ ਇਸਾ ਲਾਓ ਔਰ ਤੁਸੀਂ ਇਹਦੇ 'ਚ ਸਾਰਿਆਂ ਕੋਲ ਜ਼ਰੂਰੀ ਇਹ ਚੀਜ਼ ਹੈ ਕਿ ਤੁਸੀਂ ਇਹ ਤਰੇ ਸਵਾਲ ਲੋਕਿਆਂ ਕੋਲ ਆ ਕਰੋ ਇਹ ਤਰੇ ਸਵਾਲ ਲੋਕਿਆਂ ਕੋਲ ਪੁੱਛੋ ਤੁਸੀਂ ਇਹ ਸਾਡਾ ਜਿਹੜਾ ਇਸ ਵਾਰੀ ਦਾ ਪ੍ਰੋਗਰਾਮ ਜਿਹੜਾ ਹੋਇਆ ਹੈ ਅ ਸ਼ਰਮਾ ਸਾਹਿਬ ਇਹਦੇ ਵਿੱਚ ਮੁੱਖ ਸਚੀਬ ਹੋ ਰਹੇ ਵੀ ਆਖਿਆ ਭਈ ਜਿਹੜੇ ਪਹਿਲੇ ਗੇਟ ਤੁਸੀਂ ਲਾਇਨ ਉਹਦੀ ਫੀਡਬੈਕ ਵੀ ਮਗੀ ਦਿਓ ਤਾਂ ਕਿਹ ਕਿਹ ਫੀਡਬੈਕ ਜਾਈ ਸਕਦੀ ਹੈ ਚੀਫ ਸਾਹਿਬ ਕੋਲ ਇਹ ਸਵਾਲ ਅਸਮੇ ਆਖਿਆ ਕਿ ਪੁੱਛੋ ਕਿ ਤੁਸੀਂ ਕਿੱਤ ਆ ਗਏ ਹੈ ਚੌਂ ਗੀੜੇ ਚ ਚਾਰ ਬੈਕ ਟੂ ਵਿਲੇਜ ਹੋਏ ਕਿਆ ਮੇਰੀ ਪੰਚਾਇਤ ਦੇ ਅੰਦਰ ਜਿਹੜੇ ਮੇਰੇ ਰਿਸਪੈਕਟਿਵ ਪਬਲਿਕ ਹੈ ਜਿਹੜੇ ਮੇਰੇ ਰਿਸਪੈਕਟਿਵ ਗ੍ਰਾਮ ਸਭਾ ਮੈਂਬਰ ਨੇ ਜਾਂ ਮੇਰੇ ਰਿਸਪੈਕਟਿਵ ਸਰਪੰਚ ਨੇ ਮੇਰੀ ਪੰਚਾਇਤ ਦੇ ਅਪਲੇ ਕਿਆ ਉਹਨੇ ਜਿਹੜੇ ਚੌਂ ਫੈਸਲੇ ਵਿੱਚ ਕੰਮ ਲਿਖਵਾਏ ਉਹ ਸਰਕਾਰ ਨੇ ਲਿਖੇ ਕਿਆ ਉਹਦੇ ਚੌਂ ਗੀੜੇ ਚ ਦਾ ਕਿਆ ਦੋ ਵਾਰੀ ਵੀ ਕੋਈ ਕੰਮ ਹੋਇਆ ਕੋਈ ਇੱਕ ਕੰਮ ਵੀ ਤੁਸੀਂ ਕੀਤਾ ਤੇ ਫਿਰ ਉਹਨੇ ਕੀ ਬਿਊਰੋ ਲੈਣੇ ਕੀ ਕਿਹਦੇ ਅਸਰ ਤੋਂ ਉਸ ਤੇ ਜਾਦੇ ਤੁਸੀਂ ਕਿਤਾ ਹੀ ਕੱਖ ਨਹੀਂ ਔਰ ਇਹਨੇ ਇੱਕ ਨਵਾਂ ਟਰੰਟ ਸ਼ੁਰੂ ਕੀਤਾ ਸਰਕਾਰ ਨੇ ਤੂੜ ਪਾਣੇ ਦਾ ਤੂੜ ਪਾਣੇ ਦਾ ਵੀ ਟਰੰਟ ਤੋਂ ਸਾਖੀ ਸਕਦੇ ਦੂਗਾ ਇੱਕ ਟਰੰਟ ਹੋਰ ਹੈ ਦੇ ਕਿੰਨੇ ਗੱਲ ਜੁੜੇ ਕਿਉਂਕਿ 2014 ਚ ਸਾਡੀ ਲੈਜਿਸਲੇਚਰ ਅਸੈਂਬਲੀ ਬਣੀ 2017 ਤੱਕ ਰਗਿਆ ਮਸਾਂ ਬੜੀ ਖਿਚੀ ਖੁਚੀ ਜਿਹੜੀ ਉਹ ਚਲੀ ਪਾਈ 2017 ਦੇ ਬਾਅਦ ਉਹ ਡਿਸਾਲਵ ਹੋਈ ਉਹਦੇ ਪਾਸ ਸਾਡੇ ਕੋਲ ਕੋਈ ਜਿਹੜਾ ਨਮਾਇੰਦਾ ਨਹੀਂ ਔਰ ਸਰਕਾਰ ਨੇ ਇੱਕ ਤਰੀਕਾਕਾਰ ਬਣਾਇਆ ਕਿ ਸਾੜੇ ਨਮਾਇੰਦੇ ਗ੍ਰਾਂਚ ਜਾਈਏ ਐਲਜੀ ਦੇ ਜਿਹੜੇ ਏਲਕਾਰ ਨਾਗੇ ਉਹ ਗ੍ਰਾਂਚ ਚ ਜਾਈਏ ਫਿੱਤੇ ਕਟਨੇ ਉਹਨੂੰ ਫਿੱਤੇ ਕਟਨੇ ਦਾ ਕੋਈ ਨਾ ਕੋਈ ਬੰਨਾ ਚਾਹੀਦਾ ਇਆਂ ਦੇ ਪੰਚ ਸਰਪੰਚ ਬੱਜਣੇ ਨਹੀਂ ਦਿੰਦੇ ਫਿੱਤਾ ਕਟਣ ਨਹੀਂ ਕੋਈ ਦਿੰਦਾ ਇਹ ਪੰਚ ਸਰਪੰਚ ਆਪੂ ਕੱਟਦੇ ਆਪੂ ਕੱਟਦੇ ਡੀਡੀਸੀ ਵਾਲੇ ਆਪੂ ਕੈਂਚੀ ਪਾਏ ਦੀ ਡੀਡੀਸੀ ਵਾਲੇ ਬੜੇ ਬੇਸ਼ਅ ਮਾਰਦੇ ਅੱਛਾ ਉਹ ਗੱਲ ਇਹ ਹੈ ਕਿ ਡੈਮੋਕ੍ਰੇਸੀ ਚ ਕੀ ਹੁੰਦਾ ਹੈ ਕਿ ਜਿਹੜਾ ਆਦਮੀ ਕੰਮ ਕਰਦਾ ਚਾਹੇ ਉਹ ਅਨਰੇਬਲ ਪ੍ਰਧਾਨ ਮੰਤਰੀ ਚਾਹੇ ਕੋਈ ਚੀਫ ਮਿਨਿਸਟਰ ਹੈ ਚਾਹੇ ਕੋਈ ਹੋਰ ਹੈ ਜਿਸ ਵੱਲੋਂ ਚੁਣੇ ਦੇ ਨਮਾਇंदे ਹੁੰਦੇ ਤੇ ਉਹ ਫਿੱਤੇ ਜ਼ਰੂਰ ਕੱਢਦੇ ਕੰਮ ਵੀ ਕਰਾਂਦੇ ਫਿੱਤੇ ਵੀ ਕੱਢਦੇ ਉਹ ਲੋਕਾਂ ਦੀ ਆਲੋਚਨਾ ਵੀ ਛੇਲਦੇ ਦੁਗਾ ਮਾਰੇ ਫੀਤਾ ਕੱਟਣੇ ਦਾ ਆਪਣਾ ਕਿ ਸਮਾਂ ਹੁੰਦਾ ਅੱਛਾ ਦੂਗਾ ਨੰਬਰ ਗੱਲ ਇਹ ਹੈ ਕਿ ਜਿਹੜਾ ਕੰਮ ਕਰਵਾਈਏ ਕੋਈ ਫਿੱਤਾ ਕੱਢਦਾ ਤੇ ਇਹਦੇ ਵਿੱਚ ਕੋਈ ਉਹ ਕੱਟਣਾ ਵੀ ਚਾਹੀਦਾ ਕੋਈ ਕੋਈ ਇਹਦੇ ਵਿੱਚ ਅਰਜਨੀ ਹੈ ਅਰਜਨੀ ਹੈ ਨਾ ਇਹਦੇ ਵਿੱਚ ਕੋਈ ਗਲਤ ਹੈ ਬਿਲਕੁਲ ਲੇਕਿਨ ਜਿਹੜੇ ਸਰਕਾਰੀ ਨਮਾਇंदे ਔਰ ਸਰਕਾਰ ਨੇ ਜਿਹੜਾ ਇਹ ਪ੍ਰੋਗਰਾਮ ਕੀ ਇੱਕ ਲਾਈਨ ਦਿੱਤੀ ਦੀ ਹੈ ਕਿ ਤੁਸੀਂ ਜਾਣਾ ਜਿਹੜੇ ਪੰਚਾਇਤਾਂ ਕਪੈਕਸ ਬਜਟ ਦੇ ਅੰਦਰ ਜਾਂ ਸੀਡੀ ਪੰਚਾਇਤ ਦੇ ਅੰਦਰ ਜਾਂ ਨਰੇਗਾ ਦੇ ਅੰਦਰ ਜਿਹੜੇ ਪੰਚਾਇਤ ਇਲੈਕਟ੍ਰਲ ਰਿਪਰੈਜ਼ੈਂਟੇਟਿਵ ਦੀ ਮਿਹਨਤ ਕੰਨੇ ਕੰਮ ਹੋਏ ਦੇ ਉਹਦੇ ਵਿੱਚ ਉਹਦੇ ਵਿੱਚ ਤੁਸੀਂ ਕਟਨੇ ਚਾਹੀਏ ਇਹਦਾ ਮਤਲਬ ਇਹੋ ਹੀ ਆ ਇਹਦਾ ਮਤਲਬ ਇਹ ਹੋਇਆ ਕਿ ਕੁੱਸੇ ਦੇ ਕਰੇ ਵੱਡਾ ਕਾ ਮਾਰਨਾ ਵਾਦੇ ਅਫਸਰ ਤੇ ਜੇ ਫੀਤੇ ਹੁਣੇ ਕੱਟਣੇ ਨੇ ਤੇ ਜਿਹੜੀਆਂ ਤੁਸੀਂ ਹੀ ਪਾਵਰਾਂ ਸਰਕਾਰ ਬੜੀ ਬੋਰੀਆਂ ਭਰੀ ਭਰੀ ਦੇ ਆਦੀ ਉਹਦਾ ਕੀ ਬਣਿਆ ਦੇਖੋ ਪਾਵਰਾਂ ਆ ਪਾਵਰਜ਼ ਇਨਸਾਨ ਦੇ ਆਪਣੇ ਮਨ ਚ ਹੁੰਦੀ ਹੈ ਪਾਵਰ ਕੋਈ ਲਿਖਾਈ ਪੜਾਈ ਕਰਨੇ ਕੋਈ ਪਾਵਰ ਨਹੀਂ ਮਿਲਦੀ ਪੋਲੀਟੀਕਲ ਆਦਮੀ ਕੀ ਜੰਮੂ ਕਸ਼ਮੀਰ ਦੇ ਅੰਦਰ ਅਸੀਂ ਐਸੇ ਐਸੇ ਡਿਪਟੀ ਚੀਫ ਮਿਨਿਸਟਰ ਵੀ ਦੇਖੇ ਉਹ ਵੀ ਡਿਪਟੀ ਚੀਫ ਮਿਨਿਸਟਰ ਹੈ ਜਿਹੜੇ ਪੁਰਾਣੇ ਰਹੇ ਮੰਤਰਾਮ ਸ਼ਰਮਾ ਹੁੰਦੇ ਜੀ ਆਟੇ ਉਹ ਵੀ ਡਿਪਟੀ ਚੀਫ ਮਿਨਿਸਟਰ ਹੈ ਬਿਲਕੁਲ ਠੀਕ ਹੈ ਤੇ ਤੁਸੀਂ ਜਿੰਨਾ ਮਰਜ਼ੀ ਲੋਕ ਕਿ ਸ਼ਾਖਦੇ ਹੈ ਪੁਰਾਣੇ ਬਜ਼ੁਰਗ ਜਿਹੜੇ ਨੇਤਾ ਚਲੀ ਹੈ ਸਾਡੇ ਚਾ ਲੇਕਿਨ ਅੱਜ ਅਗਰ ਲੋਕ ਘਰ ਬਈਏ ਕੰਪੈਰੀਜ਼ਨ ਕਰਦੇ ਨਾ ਉਹ ਆਦੇ ਨਏ ਯਰੋ ਫਲਾਣਾ ਠੀਕ ਹੀ ਬਿਲਕੁਲ ਇਹਦੇ ਕੋਲ ਉਹ ਖਰਾ ਫਲਾਣਾ ਐਮਪੀ ਖਰਾ ਹੈ ਇਹਦੇ ਕੋਲ ਠੀਕ ਹੈ ਪੰਡਤ ਲੋਚਨ ਦਾ ਤਾਂ ਖਰਾ ਹੈ ਬਿਲਕੁਲ ਠੀਕ ਹੈ ਉਹ ਡੀਡੀ ਠੱਕਰ ਖੜਾ ਹਾ ਲੋਕ ਅੱਜ ਵੀ ਇਹ ਗੱਲਾਂ ਹਾਂ ਹਾਂ ਉਹ ਕਰਦੇ ਨੇ ਮਾਰਾ ਕਰਦੇ ਨੇ ਲੋਕ ਹਾਲਾਂਕਿ ਉਸ ਵੇਲੇ ਦੇ ਬਜਟ ਚ ਔਰ ਅੱਜ ਦੇ ਬਜਟ ਚ ਤੁਲਨਾ ਕਰੋ ਜਿਸ ਨੇ ਜਿਸ ਨੇ ਡੀਡੀ ਠੱਕਰ ਉਹਨੇ ਤੇ ਮੰਤਰਾਮ ਸ਼ਰਮਾ ਉਹਨੇ ਕੀ ਬਜਟ ਮਿਲਦਾ ਹੁਣਾ ਉਸ ਵੇਲੇ ਦਾ ਬਜਟ ਕਿਹਾ ਜੰਮੂ ਕਸ਼ਮੀਰ ਦਾ ਤੇ ਅੱਜ ਜੰਮੂ ਕਸ਼ਮੀਰ ਦਾ ਬਜਟ ਕੀ ਹੈ ਤੇ ਇਹਦਾ ਮਤਲਬ ਹੈ ਕਿ ਅੱਜ ਦੇ ਜੰਮੂ ਕਸ਼ਮੀਰ ਦੇ ਡਿਪਟੀ ਚੀਫ ਮਿਨਿਸਟਰ ਨੇ ਤੇ ਉਹਦੇ ਕੋਲ 100 ਗੁਣਾ ਜ਼ਿਆਦਾ ਕੰਮ ਕਰਨਾ ਚਾਹੀਦਾ ਲੇਕਿਨ ਅਗਰ ਕੰਮੇ ਦੀ ਤੁਲਨਾ ਕਰੋ ਤੇ ਸ਼ਾਇਦ ਉਹਦੇ ਕੋਲ ਵੀ ਪੀਹਾਂ ਪਰਸੈਂਟ ਕੱਟ ਕੀਤੇ ਤਾਂ ਹੁਣ ਹੋਰ ਆਪਣੀ ਕੰਸਟੀਚੂਐਂਸੀ ਦਾ ਕਰਕੇ ਜਿਆਦਾ ਹੋਰ ਗੱਲ ਇਹ ਹੈ ਕਿ ਜਿਹੜੀ ਲੀਡਰਸ਼ਿਪ ਦੀ ਮੈਂ ਤੁਸੀ ਦੱਸਿਆ ਨਾ ਕਿ ਇਹ ਲੀਡਰਸ਼ਿਪ ਕਿਸੇ ਟੈਗ ਕਰਨੇ ਆਦਮੀ ਏਮਪਾਵਰ ਨਹੀਂ ਹੁੰਦਾ ਆਪਣੀ ਮਿਹਨਤ ਕਰਨੇ ਆਪਣੀ ਨਿਸ਼ਟਾ ਕਰਨੇ ਆਪਣੀ ਸੋਚ ਕਰਨੇ ਆਦਮੀ ਅੱਗੇ ਬੱਦਦਾ ਅਜੇ ਸ਼ਰਮਨ ਸਾਹਿਬ ਜੀ ਇੰਨਾਂ ਕਿ ਦੋ ਦੱਸਾ ਕਰਦੇ ਹੋ ਵੀ ਚਾਰ ਗੇੜ ਜਿਹੜੇ ਨੇ ਉਹ ਇੰਨਾਂ ਗਏ ਫਿਰ ਅਗਰ ਇੰਨਾਂ ਗਏ ਤੇ ਭਾਵੇਂ ਗੇੜ ਲਾਣੇ ਦਾ ਕੋਈ ਫਾਇਦਾ ਹੈ ਦੇਖੋ ਇਹ ਤੇ ਹੁਣ ਸ਼ੀਬ ਸਾਹਿਬ ਕੀ ਚੀਫ ਸੈਕਟਰੀ ਸਾਹਿਬ ਕੀ ਤੁਸਾਂ ਪੁੱਛਣਾ ਚਾਹੀਦਾ ਇਹ ਸਵਾਲ ਕਿਉਂਕਿ ਮੈਂ ਤੇ ਇਹ ਗੇੜ ਲਵਾਦਾ ਨਹੀਂ ਐ ਇਹ ਤੇ ਚੀਫ ਸੈਕਟਰੀ ਸਾਹਿਬ ਦਾ ਚੀਫ ਸੈਕਟਰੀ ਸਾਹਿਬ ਦਾ ਆਰਡਰ ਐ ਤੇ ਅਸਾਂ ਉਸ ਆਰਡਰ ਦੀ ਤਾਮੀਲ ਕਰਨਾ ਸਾਡਾ ਫਰਜ਼ ਬੰਦਾ ਕਿਉਂਕਿ ਅਸ ਬਾਈਕਾਰਡ ਵਾਲੇ ਪਾਸੇ ਅਸ ਲੋਗ ਸੋਚ ਨਹੀਂ ਰਖਦੇ ਅਸ ਆਖ ਨੇ ਹਿੱਸਾ ਜ਼ਰੂਰ ਲਾਓ ਇਹਦੇ ਚ ਜ਼ਰੂਰ ਮੈਂ ਅੱਜ ਵੀ ਤੁਹਾਡੇ ਮਾਧਿਅਮ ਕਰਨੇ तमाम ਇਲੈਕਟਿਡ ਰਿਪਰੈਜ਼ੈਂਟੇਟਿਵ ਕੀ ਆਖਗਾ ਕਿ ਇਹਦੇ ਚ ਹਿੱਸਾ ਜ਼ਰੂਰ ਲਾਓ ਔਰ ਹਿੱਸਾ ਲੈਣੇ ਦੇ ਬਾਅਦ ਜਿਹੜਾ ਅਧਿਕਾਰੀ ਆਉਂਦਾ ਉਸੀ ਜਿੰਨੇ ਡਿਪਾਰਟਮੈਂਟ ਦੇ ਲੋਕ ਤੁਹਾਡੇ ਕੋਲ ਮਹੀਨੇ ਚ ਮੀਟਿੰਗਾਂ ਚ ਆਉਂਦੇ ਉਹਦਾ ਬਿਉਰਾ ਵੀ ਦਿਓ ਕਿ ਇਹ ਡਿਪਾਰਟਮੈਂਟ ਸਾੜ ਕੋ ਨਹੀਂ ਪੁੱਜੀ ਸਕਦਾ ਨਹੀਂ ਆਉਂਦਾ ਨਹੀਂ ਕਦੇ ਆਇਆ ਫਿਰ ਦੇਖਣੇ ਚੀਫ ਸੈਕਟਰੀ ਸਾਹਿਬ ਕੀ ਕਰਦੇ ਨੇ ਔਰ ਫੰਡਸ ਦਾ ਦੱਸੋ ਕਿ ਫੰਡਸ ਕਿਉਂ ਨਹੀਂ ਦਿੱਤੇ ਉਹ ਤਰੀਆ ਨੰਬਰ ਕਿਸੇ ਪੰਚਾਇਤ ਦੇ ਅੰਦਰ ਅਗਰ ਕੋਈ ਲੈਕਚਰ ਆ ਜਾਏ ਡਬਲਯੂ ਜਾਂ ਜੇ ਆਏ ਦਾ ਜਿਹੜਾ ਉਸ ਅਫੀਸਰ ਬਣੀ ਹੈ ਉਹ ਕੇ ਪੁੱਛੇ ਕਿਸੇ ਉਹ ਕੇ ਕਰੇਗਾ ਉਹਦੀਆਂ ਆਪਣੀਆਂ ਲੱਤਾਂ ਕੰਬਾ ਦੀਆਂ ਹੁੰਦੀਆਂ ਉਸ ਵੇਲੇ ਲੋਕੀਂ ਚ ਬਈਏ ਥਰ 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 ਕੰਬਾਦਾ ਹੁੰਦਾ ਆ ਦੇਖ ਰਿਹਾ ਨਾ ਉਹ ਅਸੀਂ ਆਖਦੇ ਮਤਲਬ ਜਿਹੜੇ ਅਫਸਰ ਆਉਂਦੇ ਉਹ ਅਸੀਂ ਆਵੇ ਪੰਡਤ ਜੀ ਇਹ ਇੱਕ ਤਿਹੜੀ ਕਢਾਓ ਸਾੜੀ ਜੀਆਂ ਕਿਆਂ ਹੋਏ ਕਢਾਓ ਟਾਈਮ ਕਢਾਓ ਟਾਈਮ ਕਢਾਓ ਤਿਹੜੀ ਕਢਾਓ ਤਿਹੜੀ ਕਢਾਓ ਤੇ ਉਹ ਪਹਿਲੇ ਜਦੋਂ ਇਹਨੇ ਸ਼ੁਰੂਆਤ ਕੀਤੀ ਤੇ ਨੇ ਆਖਿਆ ਕਿ ਸਵੇਰੇ 10 ਵਜੇ ਇੱਕ ਦਿਨ ਪੁੱਜੇ ਤੇ ਰਾਤ ਵੀ ਤੁਹਾਡੇ ਕੋਲ ਅਫਸਰ ਰਹੂ ਤੇ ਦੁਪਹਿਰ ਦਿਨ ਸ਼ਾਮੀ 6 ਵਜੇ ਤੁਹਾਡੇ ਕੋਲ ਜਾਗ ਓਨ ਪਹਿਲੇ ਕਿਹੜੇ ਚੀਆਂ ਰਹਿ ਆ ਕਿ ਇੱਕ ਦਿਨ ਰੇ ਦੂਗੇ ਚ ਰਹਣੇ ਵਾਲਾ ਸਿਲਸਿਲਾ ਖਤਮ ਹੋਈ ਆ ਤਰੀਏ ਚ ਵੀ ਖਤਮ ਹੋਈ ਆ 10 ਦੇ ਵੇ ਆਏ 12 ਵਜੇ ਅਫਸਰ ਆਉਂਦਾ ਤੇ ਦੋਵੇਂ ਨਿਕਲੀਂਦਾ ਤੇ ਹੁਣ ਪਹਿਵੇਂ ਗੇੜੇ ਚ ਨਹੀਂ ਲੱਗਦਾ ਉਹ ਇਸ ਦਾ ਛੜਾ ਆਵੇ ਤੇ ਸਾਈਨ ਕਰ ਆਖਿਆ ਸਰਪੰਚ ਸਾਹਿਬ ਤੁਸੇ ਸੰਭਿ ਲੈ ਉਹ ਮੈਂ ਨਿਕਲਣਾ ਅੱਛਾ ਸ਼ਰਮਾ ਸਾਹਿਬ ਤੁਸ ਕੋਈ ਜੰਮੂ ਕਸ਼ਮੀਰ ਦਾ ਐਸਾ ਥਾਰ ਨਹੀਂ ਐ ਐਸਾ ਗਰਾਨੀ ਜਿੱਥੇ ਤੁਸ ਨਹੀਂ ਜਾਂਦੇ ਕੇਂਦਰੀ ਮੰਤਰੀਆਂ ਦੀ ਵੀ ਟੀਮ ਆਈ ਆਈਆਂ ਟੀਮਾਂ ਫੀਤੇ ਛੀਤੇ ਹੋਲੇ ਵੀ ਕਟੋਹੇ ਕਿਹਾ ਉਹਦਾ ਵੀ ਕੋਈ ਬੈਨੀਫਿਟ ਹੋਇਆ ਜਾਂ ਉਹਦਾ ਹਾਲ ਵੀ ਗਏ ਨੇ ਹਰੇਆ ਦੇਖੋ ਸ਼ਰਮਾ ਸਾਹਿਬ ਕੇਂਦਰੀ ਮੰਤਰੀ ਆਏ ਕੈਬਨਿਟ ਮਨਿਸਟਰ ਵੀ ਆਏ ਬਿਲਕੁਲ ਰਿਜ਼ਲਟ ਜਿਹੜਾ ਹੈ ਉਹ ਖਾਸ ਲੋਕਾਂ ਕੀ ਨਹੀਂ ਲੱਭੀ ਪਾਇਆ ਮੈਂ ਤੁਸیں ਦੱਸਿਆ ਨਾ ਕਿ ਸਰਕਾਰ ਇਸ ਲੈ ਜੰਮੂ ਕਸ਼ਮੀਰ ਦੇ ਅੰਦਰ ਇੱਕ ਪ੍ਰੌਕਸੀ ਗਵਰਨਮੈਂਟ ਜੀਆਂ ਚਲਦੀ ਨਾ ਕਿ ਉਹ ਚਲਾਦੀ ਹੈ ਇਸ ਵਿੱਚ ਲੈ ਔਰ ਹੁਣ ਇਲੈਕਟਿਡ ਰਿਪ੍ਰੈਜ਼ੈਂਟੇਟਿਵ ਦੀ ਜਗ੍ਹਾ ਫਿਲ ਅਪ ਕਰਨੀ ਹੁਣ ਕਈ ਇਹ ਹੋ ਸਕਦਾ ਉੱਪਰ ਬਿਊਰੋਕ੍ਰੇਟ ਕੀ ਜਾਂ ਉੱਪਰ ਵਾਲੇ ਕੀ ਇਹ ਵੀ ਬਰਦਾਸ਼ਤ ਨਹੀਂ ਕੁਛ ਲੁਕਿੰਗ ਹੋਦਾ ਹੋਵੇ ਕਿ ਪੈਂਚ ਸਰਪੰਚ ਫੀਤੇ ਕੀ ਕਟਾ ਦੇ ਉਹ ਸੋਚਦੇ ਇੰਦੇ ਕਟਰੇ ਕੋਲ ਪਹਿਲੇ ਆਸ ਅਫਸਰ ਭੇਜਨੇ ਆਂ ਉਹਦੇ ਕੋਲ ਕਟਾਈ ਦਿੰਨੇ ਆ ਤੇ ਤਾਂ ਕਿ ਜਿਹੜਾ ਕ੍ਰੈਡਿਟ ਇਲੈਕਟਡ ਵੀ ਟਾਈਮ ਜਿਹੜਾ ਖਤਮ ਹੋ ਜਾਂਦਾ ਇਲੈਕਟਡ ਰਿਪ੍ਰੈਜ਼ੈਂਟੇਟਿਵ ਸਰ ਦੇਖੋ ਟਾਈਮ ਤੇ ਹਮੇਸ਼ਾ 5 ਸਾਲ ਦਾ ਹੀ ਹੁੰਦਾ ਗਵਰਨਮੈਂਟ ਦਾ ਟਾਈਮ ਹੀ 5 ਸਾਲ ਦਾ ਹੈ 5 ਸਾਲ ਕੋਲ ਜ਼ਿਆਦਾ ਨਾ ਮਿਲ ਸਕਦਾ ਨਾ ਹੋਈ ਸਕਦਾ ਬਿਲਕੁਲ ਇਹ ਤੇ ਕਲੀਅਰ ਹੈ ਲੇਕਿਨ ਇਹ ਹੈ ਕਿ ਹੁਣ ਤੁਸੀਂ ਜੀਆਂ ਟਾਈਮ ਦੀ ਤੁਸੀਂ ਗੱਲ ਕੀਤੀ ਕਿ ਟਾਈਮ ਸਾਡਾ 9 ਜਨਵਰੀ ਕੀ 2024 ਕੀ ਖਤਮ ਹੋਆ ਦਾ ਪੰਚਾਇਤਿਆਂ ਦਾ ਸਰਕਾਰ ਕੀ ਚਾਹੀਦਾ ਫੂਰੀ ਤੌਰ ਪਰ ਇਥੇ ਇਲੈਕਸ਼ਨ ਕਰਵਾਏ ਆਹ ਗੇੜ ਕੋਲਾ ਪਹਿਲੇ ਇਲੈਕਸ਼ਨ ਹੋਈਆ ਥੋਰੀ ਤੌਰ ਪਰ ਇਲੈਕਸ਼ਨ ਕਰਵਾਏ ਜਿਹੜਾ ਤਰੀਕਾਕਾਰ ਹੈ ਜਿਹੜਾ ਇੱਕ ਅਸੂਲ ਬੰਦ ਹੈ ਜਿਹੜਾ ਕਨਸਟੀਟਿਊਸ਼ਨ ਆਖਦਾ ਹੈ ਜਿਹੜਾ ਐਕਟ ਆਖਦਾ ਹੈ ਫੂਰੀ ਤੌਰ ਤੁਸੀਂ ਆਪਕੇ ਸਮਝਦਾਰ ਹੋ ਕਿ ਕਿੰਨੀ ਜ਼ਿਆਦਾ ਇਹਦੇ ਚ ਜੀਆਂ ਆਖਦੇ ਬੇਅੰਤਹਾ ਜੋਰ ਜ਼ਬਰਦਸਤੀ ਜਿਹੜੀ ਉਹ ਆਦੀ ਬੇਅੰਤਹਾ ਜਿਸ ਆਦੇ ਮਤ ਜਿਹਦੀ ਇੰਤਹਾ ਹੀ ਨਹੀਂ ਹੈ ਕੋਈ ਉਹ ਅੱਜ ਜ਼ੋਰ ਜ਼ਬਰਦਸਤੀ ਗ੍ਰਾਂਦੇ ਲੋਕਾਂ ਕੰਨੇ ਸ਼ਹਿਰਾਂ ਦੇ ਲੋਕਾਂ ਕੰਨੇ ਡੈਮੋਕ੍ਰੇਸੀ ਦੇ ਮਤਲਬ ਉਹ ਆਦੀ ਮਤਲਬ ਡੈਮੋਕ੍ਰੇਸੀ ਨਹੀਂ ਦੇਣੀ ਤੁਸੀਂ ਕਿ ਤੁਸੀਂ ਡਿਕਟੇਟਰਸ਼ਿਪ ਅਫਸਰशाही ਤੁਹਾਡੇ ਸਿਰੇਵਰ ਵਾਲੀ ਹੁੰਨੀ ਲੇਕਿਨ ਤੁਸੀਂ ਡੈਮੋਕ੍ਰੇਸੀ ਨਹੀਂ ਦੇਣੀ ਤੁਸੀਂ ਕਿ ਨਮਾਇੰਦਾ ਨਹੀਂ ਦੇਣਾ ਤੁਹਾਡੀ ਮਰਜ਼ੀ ਦਾ ਚੋਣ ਦਾ ਉਹਦੇ ਅਸਾ ਬਹਿਣ ਹੈ ਉਹ ਨਹੀਂ ਦੇਣਾ ਲੇਕਿਨ ਗੇੜ ਲਾਂਦੇ ਰੋਣਾ ਆ ਗੇੜ ਦੁੱ ਤੱਬੀ ਲਾਓ ਦੇਖੋ ਇਹਦੇ ਚ ਬੜਾ ਕਿਸ ਚਲਾਦਾ ਗੇੜੇ ਵਿੱਚ ਵੀ ਪਤਾ ਨਹੀਂ ਕਿੰਨਾ ਕਿੰਨਾ ਕੀ ਕੀ ਆਵਾਜ਼ ਆਉਣਾ ਕੀ ਕੀ ਜਾਣਾ ਇਹ ਅੰਦਰ ਦੀਆਂ ਗੱਲਾਂ ਕੀ ਪਤਾ ਹੁਣ ਅਫਸਰਾਂ ਨੂੰ ਪਤਾ ਹੁੰਦੀਆਂ ਬਹੁਤ ਬਹੁਤ ਸ਼ੁਕਰੀਆ ਇਹ ਅੰਦਰ ਦੀਆਂ ਗੱਲਾਂ ਨਾ ਅਫਸਰਾਂ ਕੀ ਪਤਾ ਹੁੰਦੀਆਂ ਨੇ ਗੇੜ ਲੱਗਦੇ ਰਹਿੰਦੇ ਔਰ ਇਹ ਸ਼ਰਮਾ ਸਾਹਿਬ ਨੇ ਦੱਸਿਆ ਕਿ ਚਾਰ ਗੇੜ ਜਿਹੜੇ ਪਹਿਲਾਂ ਲੱਗੇ 2019 ਕੋਲਾ ਜਿਹੜਾ ਇਹ ਕੰਮ ਸ਼ੁਰੂ ਹੋਹਾ ਪੰਜਮਾ ਗੇੜ ਲੱਗਾ ਕਰਦਾ ਪਰ ਐਸਾ ਗੇੜ ਲਾਣੇ ਦਾ ਫਾਇਦਾ ਕੋਈ ਨਹੀਂ ਔਰ ਐਸੇ ਅਫਸਰ ਭੇਜਣੇ ਦਾ ਵੀ ਫਾਇਦਾ ਕੋਈ ਨਹੀਂ ਹੈ ਜਿਹੜੇ ਆਪਣੀ ਤਾਕਤ ਦਾ ਇਸਤੇਮਾਲ ਕਰੀ ਹੈ গ্রামীণ जनता जनार्दन की कोई फायदा दे सके